ਨਾ ਨਾ ਸ਼ੇਰਾ, ਕਿਹੜੀ ਗੱਲ ਕਰਦਾ ਤੂੰ? ਉਹ ਦੇਖਣ ਨੂੰ ਸਾਰਾ ਅਸਮਾਨ ਪਿਆ, ਦੇਖ ਤਾਂ ਸਹੀ, ਤੁਰਨ ਲਈ ਸਾਰੀ ਧਰਤੀ ਪਈ ਆ, ਤੁਰ ਤਾਂ ਸਹੀ। ਕੀ ਗੱਲ, ਅੱਜ ਖੁਦ ਨਾਲ ਲੜਨ ਦੀ ਵਾਰੀ ਆਈ ਤਾਂ ਕਮਜ਼ੋਰ ਪੈ ਗਿਆ? ਉਹ ਭੁੱਲ ਗਿਆ ਆਪਣੇ ਆਪ ਨੂੰ? ਯਾਦ ਕਰ, ਤੂੰ ਕੌਣ ਹੈ, ਕਿਹਦਾ ਵਾਰਸ ਆ ਤੂੰ? ਉਹ ਜਿਹੜੇ ਦੇਸ਼ ਕੌਮ ਲਈ ਹੱਸ ਹੱਸ ਕੇ ਮੌਤ ਗੱਲ ਲਾ ਗਏ ਸੀ, ਉਹ ਜਿਨ੍ਹਾਂ ਦੀ ਅਣਖ ਦੇ ਸਿਦਕ ਦਾ ਲੋਹਾ ਪੂਰੀ ਦੁਨੀਆ ਅੱਜ ਵੀ ਮਣਦੀ ਆ। 7-7 ਫੁੱਟ ਦੇ ਨੇਜਿਆਂ ਕੇ ਹਿੱਕਾਂ ਤਾਣ ਕੇ ਖੜਨ ਵਾਲਿਆਂ ਦਾ ਖੂਨ ਅੱਜ ਇੱਕ ਸੂਈ ਮੂਹਰੇ ਢੇਰੀ ਢਹਿ ਗਿਆ। ਕਿਉਂ? ਉਹ ਤੇਰਾ ਬਾਪੂ ਜਿਹੜਾ ਮੁੱਛ ਨੂੰ ਵੱਟ ਦਿੰਦਾ ਨਹੀਂ ਥੱਕਦਾ, ਹੁਣ ਨੀਵੀਂ ਪਾ ਕੇ ਤੁਰਦਾ। ਤੇਰੀ ਮਾਂ ਜਿਹਨੇ ਹਰ ਇੱਕ ਨਾਲ ਅੜ ਅੜ ਕੇ ਤੇਰਾ ਪੱਖ ਪੂਰਿਆ ਸੀ, ਅੱਜ ਅੰਦਰੋਂ ਅੰਦਰੀ ਝੁਰਦੀ ਹੈ। ਕੀ ਗੱਲ, ਪਰ ਸ਼ੇਰਾ ਅਜੇ ਵੀ ਕੱਖ ਨਹੀਂ ਵਿਗੜਿਆ। ਭਲਾ ਕਦੇ ਪਾਣੀ ਨੂੰ ਰੰਬੇ ਨਾਲ ਲੱਗੇ ਨੱਕੇ ਨੇ ਠੱਲ ਪਾਈ ਆ? ਇਹ ਤੇਰੇ ਕਰਮ ਆ, ਕਿਉਂ ਕੋਸਦਾ ਭਲਾ, ਕਾਹਦੇ ਰੋਸੇ ਆ? ਆਹ ਕੋਲ ਤੇਰੇ ਹੱਡਾਂ 'ਚ ਨਹੀਂ, ਤੇਰੀ ਸੋਚ 'ਚ ਆ। ਸੋਚ 'ਚ ਬਦਲਦੇ ਸੋਚ ਆਪਣੀ, ਲਾ ਦੇ ਆਪਣੇ ਮੱਥੇ ਲੱਗੇ ਇਸ ਦਾਗ ਨੂੰ, ਬੀਤੇ ਵੇਲੇ ਨੂੰ ਭੁੱਲ ਕੇ ਕਰ ਨਵੀਂ ਸ਼ੁਰੂਆਤ। ਇਹ ਔਖਾ ਜ਼ਰੂਰ ਆ, ਨਾਮੁਮਕਿਨ ਨਹੀਂ। ਜੋ ਬੀਤ ਗਿਆ ਉਹ ਤਾਂ ਤੇਰੇ ਹੱਥ 'ਚ ਨਹੀਂ, ਜੋ ਤੇਰੇ ਹੱਥ 'ਚ ਆ ਉਹ ਬਦਲ ਦੇ। ਉੱਠ, ਸੂਰਜ ਨੂੰ ਹਾਕ ਮਾਰ, ਆਖ ਕਿੱਥੇ ਆ ਤੂੰ? ਆ ਖੜਾ ਮੈਂ ਉੱਠਿਆ, ਮਾਰ ਜੱਫਾ, ਲਾ ਗੋਡਾ, ਰੱਖ ਹੌਂਸਲਿਆਂ ਦੀ ਪੰਡ ਸਿਰ 'ਤੇ। ਯਾਦ ਰੱਖੀ, ਤੂੰ ਖੜਾ ਰਹੇਗਾ ਤਾਂ ਜਿੱਤੇਗਾ ਜ਼ਰੂਰ। ਇੱਕ ਗੱਲ ਪੱਲੇ ਬੰਨ ਲਾ, ਉਹ ਪੱਕਣ ਤੋਂ ਰਹਿੰਦੇ ਵਾਂਝੇ, ਜੋ ਵਕਤਾਂ ਸੰਗ ਰੜਦੇ ਨਹੀਂ। ਅੱਗ ਦੇ ਅੰਗਿਆਰ ਸ਼ੇਰਾ ਫੂਕਾਂ ਨਾਲ ਠਰਦੇ ਨਹੀਂ, ਉਹ ਅੱਗ ਦੇ ਅੰਗਿਆਰ ਸ਼ੇਰਾ ਫੂਕਾਂ ਨਾਲ ਠਰਦੇ ਨਹੀਂ। ਹੋਏ ਵੇਰਾ ਕਮਜ਼ੋਰ ਜਾਣੀ, 7,00,000 ਨਾ ਇੱਕ ਵੀ ਲੜੇ ਆਏ, ਡਿੱਗ ਕੇ ਜਿਹੜਾ ਉੱਠ ਪੈਂਦਾ ਉਹੀ ਸ਼ਿਖਰਾਂ ਤੇ ਚੜਿਆ। ਨਸ਼ਾ ਕੀਤਾ 2 ਸਾਲ, ਡਰਿੰਕ ਮੈਂ ਕੀਤੀ ਆ ਜੀ 5-6 ਸਾਲ। ਨਸ਼ਾ ਕਰਦਾ ਤਾਂ ਜੀ ਤਕਰੀਬਨ ਹੋ ਗਿਆ ਮੈਨੂੰ 8-10 ਸਾਲ ਜੀ। ਸੋਨਾ ਸੋਨਾ ਵੇਚਿਆ ਜੀ। ਨਸ਼ੇ ਵਾਲੇ ਬੰਦੇ ਤੋਂ ਵੱਧ ਮਾਂ ਬਾਪ ਕਿਸੇ ਦਾ ਵੀ ਦੁਖੀ ਨਹੀਂ ਹੋ ਸਕਦਾ। ਬਾਣੀ ਪੜ੍ਹਦੇ ਹਾਂ, ਬਾਣੀ ਦਾ ਆਨੰਦ ਹੀ ਵੱਖਰਾ। ਬਾਣੀ ਪੜ੍ਹ, ਨਸ਼ਾਕਾਂ ਦੀ ਲੋੜ ਨਹੀਂ, ਬਹੁਤ ਜ਼ਰੂਰ ਆ ਜੀ ਬਾਣੀ 'ਚ। ਬਾਣੀ ਪੜ੍ਹਦਾ, ਹੋਰ ਭਰਾਵਾਂ ਨੂੰ ਵੀ ਇਸ ਦੇਸ਼ ਦੇ ਨਾ ਵੀ ਕਿਸੇ ਮਤਲਬ ਲੱਗ ਕੇ ਨਸ਼ਾ ਕਰਦੀ। ਸਤਿ ਸ਼੍ਰੀ ਅਕਾਲ ਬਾਈ, ਦਾ ਫਲਿੱਕ ਵਾਰਡ ਇੱਕ ਵਾਰ ਫਿਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੈ। ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਜੇ ਬਾਈ ਅਜੇ ਤੱਕ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਚੈਨਲ ਖੋਲ੍ਹ ਕੇ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖੋ, ਤੁਹਾਨੂੰ ਬਹੁਤ ਚੰਗੀਆਂ ਲੱਗਣਗੀਆਂ। ਬਸ ਸਾਡੇ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ ਜੀ, ਜਿਹਦੇ ਨਾਲ ਕਿਸੇ ਇੱਕ ਦੀ ਵੀ ਨਵੀਂ ਸ਼ੁਰੂਆਤ ਹੁੰਦੀ ਹੈ ਤਾਂ ਸਾਨੂੰ ਲੱਗੂਗਾ ਸਾਡਾ ਮਕਸਦ ਪੂਰਾ ਹੋ ਗਿਆ। ਅਤੇ ਬਾਈ ਜਿਸ ਤਰ੍ਹਾਂ ਤੁਸੀਂ ਸਾਨੂੰ ਹੁਣ ਤੱਕ ਸਪੋਰਟ ਕਰਦੇ ਆਏ ਹੋ, ਕਿਉਂਕਿ ਅੱਜ ਤੱਕ ਆਪਾਂ ਸਿਰਫ 5 ਵੀਡੀਓਜ਼ ਪਾਈਆਂ ਨੇ, ਬਹੁਤ ਸੋਹਣਾ ਰਿਸਪੋਂਸ ਮਿਲ ਰਿਹਾ ਅਤੇ ਅਸੀਂ ਵੀ ਅੱਗੇ ਤੋਂ ਹੋਰ ਕੋਸ਼ਿਸ਼ ਕਰਾਂਗੇ ਅਤੇ ਬਹੁਤ ਸੋਹਣੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਈਏ। ਇੱਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਵੀਰੇ, ਜਿਉਂਦੇ ਵੱਸਦੇ ਰਹੋ ਬਾਈ, ਧੰਨਵਾਦ।